ਸਤਿ ਸ਼੍ਰੀ ਅਕਾਲ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਬੱਚੇ ਕੁਝ ਕਨਫਿਊਜ਼ ਨੇ, ਕੁਝ ਡਾਊਟ ਲੈ ਕੇ ਬੈਠੇ ਨੇ ਵੀ ਪੜ੍ਹਨ ਜਾਣਾ ਪ੍ਰਦੇਸ਼ ਦੇ ਵਿੱਚ, ਪਰ ਐਕਚੁਅਲ ਗਾਈਡੈਂਸ ਨਹੀਂ ਮਿਲ ਪਾ ਰਹੀ। ਉਹ ਕੰਟਰੀ ਆਪਾਂ ਕੋਈ ਵੀ ਡਿਸਕਸ ਕਰ ਲਈਏ, ਉਹਦੇ ਵਿੱਚ ਸਾਰਿਆਂ ਦੇ ਵਿੱਚ ਹੀ ਬੱਚਿਆਂ ਦੇ ਜਿਹੜੇ ਡਾਊਟ ਅਤੇ ਕਨਫਿਊਜ਼ਨਸ ਨੇ ਉਹ ਸਾਹਮਣੇ ਆਉਂਦੇ ਨੇ। ਅੱਜ ਵੀ ਅਸੀਂ ਜੇ ਗੱਲ ਕਰੀਏ ਕੈਨੇਡਾ ਨੂੰ ਲੈ ਕੇ, ਤਾਂ ਬਹੁਤ ਵੱਡੇ ਪੱਧਰ 'ਤੇ ਜੇ ਕਹੀਏ ਕਰੇਜ਼ ਹੈ, ਅਟਰੈਕਸ਼ਨ ਹੈ ਕੈਨੇਡਾ ਦੀ, ਬਟ ਐਕਚੁਅਲ ਦੇ ਵਿੱਚ ਉਹਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਜੋ ਬੱਚੇ ਨੂੰ ਸਮਝਣੀਆਂ ਚਾਹੀਦੀਆਂ ਨੇ। ਹਰ ਵਾਰੀ ਕੋਸ਼ਿਸ਼ ਕਰੀਦੀ ਹੈ, ਅੱਜ ਵੀ ਕੈਨੇਡਾ ਦੇ ਐਕਸਪਰਟ ਨੂੰ ਸੱਦਾ ਦਿੱਤਾ ਜਿਹੜੇ ਕੈਨੇਡਾ ਬਾਰੇ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਗੇ, ਜਿਹੜੀ ਤੁਹਾਡੇ ਲਈ ਸਿਰਫ ਇੱਥੋਂ ਵੀਜ਼ਾ ਲੈਣ ਲਈ ਨਹੀਂ ਕਾਫੀ, ਉੱਥੇ ਜਾ ਕੇ ਰਹਿਣਾ ਕਿੱਦਾਂ, ਉੱਥੇ ਜਾ ਕੇ ਮਾਹੌਲ ਕੀ ਹੈ, ਕਿਉਂਕਿ ਉਹ ਆਪ ਕੈਨੇਡੀਅਨ ਸਿਟੀਜ਼ਨ ਨੇ, ਆਪ ਉੱਥੇ ਦੇ ਵਸ਼ਿੰਦੇ ਨੇ, ਆਪ ਉੱਥੇ ਦੀ ਲਾਈਫ ਨੂੰ ਉਹਨਾਂ ਨੇ ਹੰਡਾਇਆ, ਇਸ ਲਈ ਉਹ ਤੁਹਾਨੂੰ ਅੱਜ ਪ੍ਰੋਪਰ ਗਾਈਡ ਕਰਨਗੇ। ਸਾਰੀ ਗਾਈਡੈਂਸ ਦੇਣ ਲਈ ਅੱਜ ਸੱਦਾ ਦਿੱਤਾ ਗਿਆ ਰੈਫਲ ਯੂਨੀਵਰਸਿਟੀ ਤੋਂ ਸਵਰਨ ਸੰਧੂ ਜੀ ਨੂੰ, ਪਹਿਲੇ ਸਵਾਗਤ ਕਰਦੀ ਹੈ। ਸੰਧੂ ਸਾਹਿਬ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੰਧੂ ਸਾਹਿਬ, ਜਿਵੇਂ ਦੱਸਿਆ ਤੁਸੀਂ ਆਪ ਕੈਨੇਡਾ ਦੇ ਹੋ, ਕੈਨੇਡਾ ਬਾਰੇ ਗਾਈਡੈਂਸ ਦਿੰਦੇ ਹੋ, ਅਤੇ ਖਾਸ ਕਰ ਆਪਣਾ ਵੈਲਿਊਬਲ ਟਾਈਮ ਕੱਢ ਕੇ ਹਾਜ਼ਰ ਹੁੰਦੇ ਹੋ ਜਦੋਂ ਵੀ ਅਸੀਂ ਬੁਲਾਇਆ, ਅਤੇ ਉਹਦਾ ਤਾਂ ਪਹਿਲੇ ਤੁਹਾਡਾ ਬਹੁਤ ਬਹੁਤ ਥੈਂਕਸ। ਧੰਨਵਾਦ ਜੀ। ਅਤੇ ਦੂਸਰੀ ਗੱਲ, ਆ ਹੁਣ ਜਿਵੇਂ ਤੁਹਾਡੀ ਸੈਮੀਨਾਰ ਦੀ ਇੱਕ ਲੜੀ ਖਤਮ ਹੋਈ ਹੈ ਕੱਲ੍ਹ ਨੂੰ, ਮੈਂ ਸੈਮੀਨਾਰ ਤੋਂ ਹੀ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਕਾਫੀ ਐਸੇ ਕਾਲਜ ਨੇ ਜਿਨ੍ਹਾਂ ਦੇ ਟਾਈਅਪਸ ਪੰਜਾਬ ਦੇ ਵਿੱਚ ਜ਼ਿਆਦਾਤਰ ਕੰਸਲਟੈਂਟਸ ਨਾਲ ਨਹੀਂ ਨੇ, ਜਿਨ੍ਹਾਂ ਨੂੰ ਰਿਪ੍ਰੈਜ਼ੈਂਟ ਰੈਫਲਸ ਕਰਦਾ। ਐਕਚੁਅਲ ਦੇ ਵਿੱਚ ਸੈਮੀਨਾਰ ਦੀ ਲੜੀ ਇਹ ਚਲਾਉਣ ਦਾ ਕਾਰਨ ਕੀ ਰਹਿੰਦਾ, ਕੀ ਐਡਵਾਂਟੇਜ ਰਹਿੰਦੀ ਹੈ, ਕਿਉਂਕਿ ਕਾਫੀ ਐਸੇ ਸਾਡੇ ਕੰਸਲਟੈਂਟ ਵੀਰ ਵੀ ਨੇ ਜਿਹੜੇ ਸੈਮੀਨਾਰ ਨੂੰ ਸਹੀ ਨਹੀਂ ਮੰਨਦੇ, ਉਹਨਾਂ ਨੂੰ ਮੇਲਿਆਂ ਵੱਲੋਂ ਦੇਖਦੇ ਨੇ, ਕਹਿੰਦੇ ਇਹਦੇ 'ਚ ਨਹੀਂ ਜਾਣਾ ਚਾਹੀਦਾ, ਐਨਰੋਲ ਨਹੀਂ ਹੋਣਾ ਚਾਹੀਦਾ, ਪਹੁੰਚ ਨਹੀਂ ਕਰਨੀ ਚਾਹੀਦੀ, ਦੋ ਧਿਰਾਂ ਬਣ ਜਾਂਦੀਆਂ। ਸੰਧੂ ਸਾਹਿਬ ਦਾ ਕੀ ਕਹਿਣਾ ਇਹਦੇ 'ਚ, ਉਹ ਜਾਣਨਾ ਚਾਹੂੰਗਾ, ਕੀ ਕਹਿਣਾ ਸੰਧੂ ਸਾਹਿਬ? ਬਿਲਕੁਲ ਜੀ, ਇੱਕ ਸਾਡੀ ਕੰਸਲਟੈਂਟਸ ਦੀ ਉਹ ਕੈਟੇਗਰੀ ਆ ਜਿਨ੍ਹਾਂ ਕੋਲ ਸਾਰੇ ਕਾਲਜਸ ਹੈਗੇ ਆ, ਰਿਪ੍ਰੈਜੈਂਟੇਸ਼ਨ ਹੈ, ਰਿਪ੍ਰੈਜੈਂਟੇਸ਼ਨ ਸਾਰਿਆਂ ਕੋਲ ਹੈਗੀ ਆ, ਔਰ ਉਹ ਸੈਮੀਨਾਰ ਲਾਉਣ ਦੀ ਬਜਾਏ ਉਹ ਸਾਰੇ ਰਿਪ੍ਰੈਜੈਂਟੇਟਿਵਸ ਨੂੰ ਲੈ ਕੇ ਹੋਟਲ 'ਚ ਇਕੱਠੇ ਕਰਕੇ ਮੇਲਾ ਲਾਉਂਦੇ ਆ। ਠੀਕ ਹੈ ਜੀ, ਇੱਕ ਉਹ ਸਾਡੇ ਵਿੱਚ ਏਜੈਂਟਸ ਦੀ ਕੈਟੇਗਰੀ ਆ ਜਿਨ੍ਹਾਂ ਕੋਲ ਕਾਲਜਸ ਬਹੁਤ ਸਾਰੇ ਹੈ ਨਹੀਂ ਗੇ, ਉਹਨਾਂ ਕੋਲ ਕੀ ਹੈ 4, 5, 6, 7 ਕਾਲਜ ਡਾਇਰੈਕਟ ਨੇ, ਬਾਕੀ ਉਹ ਵਿਚਾਰੇ ਜਿਵੇਂ ਇੱਕ ਦੁਕਾਨਦਾਰ ਕੋਲ ਸੌਦਾ ਲੈਣ ਜਾਂਦੇ ਆ, ਉਹਨੂੰ ਕਹਿੰਦਾ ਆ ਜਾ ਸਟੋਰ 'ਚੋਂ ਸਮਾਨ ਚੱਕ ਲਿਆਈ, ਉਹ ਨਾਲ ਦੀ ਦੁਕਾਨ ਤੋਂ ਤੁਹਾਨੂੰ ਲਿਆ ਕੇ ਦੇ ਦਿੰਦਾ ਸਮਾਨ। ਸੋ ਉਹ ਇੱਕ ਉਹ ਕੀ ਕਰਦੇ, ਹਾਂਜੀ ਹੈਗਾ ਸਾਡੇ ਕੋਲ, ਉਹ ਬੱਚੇ ਦਾ ਜਿਹੜਾ ਕੇਸ ਆ ਕਿਸੇ ਕੋਲੋਂ ਲਵਾ ਕੇ ਦਿੰਦੇ ਆ। ਜਿਹੜੇ ਐਵੇਂ ਦੇ ਏਜੰਟਸ ਨੇ ਜਿਨ੍ਹਾਂ ਕੋਲ, ਮੈਂ ਕੀ ਕਰਦਾ ਬੇਸਿਕਲੀ, ਮੈਂ ਦੋਨਾਂ ਦੇ ਅਗੇਂਸਟ ਹਾਂ, ਜਿਨ੍ਹਾਂ ਕੋਲ ਕੈਨੇਡਾ ਦੇ ਬਹੁਤ ਸਾਰੇ ਕਾਲਜਸ ਹੈਗੇ ਨੇ ਔਰ ਉਹਨਾਂ ਨਾਲ ਮੇਲੇ ਲਾਉਂਦੇ ਆ, ਮੈਂ ਉਹਨਾਂ ਦੇ ਵੀ ਅਗੇਂਸਟ ਹਾਂ। ਔਰ ਜਿਹੜੇ ਉਹ ਏਜੰਟਸ ਜਿਹੜੇ ਕਹਿੰਦੇ ਆ ਕਿ ਸੈਮੀਨਾਰ ਦੇ ਮੇਲਿਆਂ 'ਤੇ ਜਾਣਾ ਹੀ ਨਹੀਂ ਚਾਹੀਦਾ, ਉਹ ਇਸ ਲਈ ਕਹਿੰਦੇ ਆ ਕਿ ਉਹਨਾਂ ਕੋਲ ਆਪਦੇ ਕੋਲ ਕਾਲਜਸ ਹੈ ਨਹੀਂ, ਮੈਂ ਉਹਨਾਂ ਦੇ ਵੀ ਅਗੇਂਸਟ ਹਾਂ, ਬਿਕੋਜ਼ ਉਹ ਮਿਸਗਾਈਡ ਕਰ ਰਿਹਾ ਔਰ ਉਹ ਵੀ ਮਿਸਗਾਈਡ ਕਰ ਰਿਹਾ। ਮੈਂ ਸੈਮੀਨਾਰਸ ਅਟੈਂਡ ਕਰਨੇ ਚਾਹੀਦੇ ਆ, ਮੈਂ ਨਹੀਂ ਕਹਿੰਦਾ ਮੇਲੇ ਅਟੈਂਡ ਕਰਨੇ ਚਾਹੀਦੇ ਆ, ਇਹਦੇ ਮੈਂ ਵੀ ਅਗੇਂਸਟ ਹਾਂ। ਹਾਂਜੀ, ਉਹੀ ਮੈਂ ਲਾਸਟ ਸੈਮੀਨਾਰ ਦੇ ਵਿੱਚ, ਲਾਸਟ ਸਾਡੇ ਸ਼ੋਅ ਦੇ ਵਿੱਚ ਮੇਰੀ ਔਰ ਸੰਧੂ ਸਾਹਿਬ ਦੀ ਗੱਲ ਹੋ ਰਹੀ ਸੀ, ਮੇਲੇ ਹੁੰਦੇ ਆ ਜੀ ਜਿੱਥੇ ਇੱਕ ਹੋਟਲ ਦੇ ਵਿੱਚ 50 ਕਾਲਜਸ ਬੈਠੇ ਹੋਏ ਨੇ। ਬੇਸਿਕਲੀ ਜੇ ਮੇਲਾ ਵਰਡ ਦੇਖੀਏ, ਇੱਕ ਫਨ ਕਰਨਾ, ਬੰਦੇ ਨੇ ਇੰਜੋਏ ਕਰਨ ਜਾਣਾ, ਉਸ ਚੀਜ਼ ਨੂੰ ਇੱਕ ਮੇਲੇ ਦਾ ਨਾਮ ਦਿੱਤਾ ਗਿਆ ਵੀ ਫਲਾਣਾ ਮੇਲਾ। ਹੁਣ ਸੁਣੋ ਭਾਜੀ ਕੀ ਹੋਇਆ, ਆ ਹੁਣ ਜਿਹੜੇ ਮੈਂ ਸੈਮੀਨਾਰਸ ਲਗਾਏ, ਮੈਨੂੰ ਪਹਿਲਾਂ ਹੀ ਪਤਾ ਸੀਗਾ, ਮੈਂ ਸੈਮੀਨਾਰ ਸ਼ੁਰੂ ਜਿੱਦਣ ਮੇਰੇ ਹੋਏ ਸੀਗੇ ਪਿਛਲੇ ਸੋਮਵਾਰ, ਮੈਂ ਉਦਣ ਹੀ ਕਿਹਾ ਸੀ ਸੰਧੂ ਭਾਜੀ ਮੇਰੇ ਕੋਲ ਇਹੋ ਇਹੋ ਜਿਹੇ ਬੱਚੇ ਆਉਣੇ ਨੇ ਜਿਨ੍ਹਾਂ ਨੂੰ
ਪੁੱਠੇ ਕੋਰਸ ਦਿੱਤੇ ਹੋਣਗੇ, 13ਵਾਂ ਕੋਰਸ ਚੱਕ ਕੇ ਦਿੱਤਾ ਹੋਊਗਾ, ਉਹੀ ਹੋਇਆ ਜੀ। ਫਿਰ ਮੇਲਿਆਂ 'ਚ ਇਹੀ ਪੁੱਤ ਹੋਣਾ, ਮੈਂ ਤਾਂ ਸਭ ਨੂੰ ਸ਼ਰੇਆਮ ਹੀ ਕਹਿੰਦਾ ਸੀਗਾ, ਕਿੱਥੋਂ ਲਿਆ ਜੀ? ਉਹ ਔਨ ਸਪੋਟ ਮਿਲ ਗਈ ਸਰ, ਸਰ ਫ੍ਰੀ 'ਚ ਮਿਲ ਗਈ ਜੀ, 3 ਸਰ ਔਫਰਾਂ ਮਿਲ ਗਈਆਂ ਜੀ, 4 ਸਰ ਔਫਰਾਂ ਮਿਲ ਗਈਆਂ ਜੀ। ਠੀਕ ਹੈ, ਫਿਰ ਮੈਂ ਤਾਂ ਹੁਣ ਸਭ, ਮੇਰਾ ਪਿੱਟ ਡਾਇਲੌਗ ਸੀ, ਪੁੱਤ ਮੇਲਿਆਂ 'ਚੋਂ ਤਾਂ ਫਿਰ ਇਹੋ ਜਿਹੀ ਚੀਜ਼ ਮਿਲਣੀ ਹੈ, ਜੇ ਕੋਈ ਐਜੂਕੇਟ ਹੋਏ ਹੁੰਦੇ, ਜੇ ਕੋਈ ਸੈਮੀਨਾਰ ਹੋਇਆ ਹੁੰਦਾ ਤਾਂ ਤੁਹਾਡੀ ਪ੍ਰੋਪਰ ਤੁਹਾਡੀ ਪ੍ਰੋਫਾਈਲ ਚੈੱਕ ਕਰਕੇ ਤੁਹਾਨੂੰ ਕਿਸੇ ਨੇ ਕੋਰਸ ਦਿੱਤਾ ਹੁੰਦਾ ਤਾਂ ਠੀਕ ਸੀਗਾ। ਕਾਲਜ ਦਾ ਡੈਲੀਗੇਟ ਸੀਗਾ, ਉਹਦੇ ਨਾਲ 3 ਲੜਕੀਆਂ ਬੈਠੀਆਂ ਹੋਈਆਂ ਸੀਗੀਆਂ, ਉਹ ਲੜਕੀਆਂ ਟੈਂਪਰੇਰੀ ਸੀਗੀਆਂ, ਕਾਲਜ ਦੇ ਡੈਲੀਗੇਟ ਆਏ ਸੀ, ਤੁਸੀਂ ਮੰਗਿਆ, ਹਾਂਜੀ ਆਹ ਕਾਲਜ ਜਾਣਾ, ਹਾਂਜੀ ਠੀਕ ਹੈ ਜੀ, ਆਹ ਕੋਰਸ ਕਰਨਾ, ਹਾਂਜੀ ਠੀਕ ਹੈ ਜੀ, ਅਪਲਾਈ ਕਰ ਦਿਓ ਜੀ, ਕਰਤਾ ਜੀ, ਚਲੋ ਜੀ ਚਲੋ। ਇਹ ਹੋ ਗਿਆ ਜੀ ਮੇਲੇ। ਸੋ ਕੁਛ ਐਵੇਂ ਦੇ ਏਜੰਟਸ ਨੇ ਜਿਹੜੇ ਵਿਚਾਰੇ ਜਿਨ੍ਹਾਂ ਕੋਲ ਕਾਲਜਸ ਹੈ ਨਹੀਂ ਗਏ, ਸੋ ਉਸ ਲਈ ਉਹ ਆ ਤੁਹਾਡਾ ਅਮਨ ਭਾਜੀ, ਉਹ ਇਹਨਾਂ ਨੂੰ ਸੈਮੀਨਾਰਸ ਐਂਡ ਮੇਲਿਆਂ ਨੂੰ ਅਪੋਜ਼ ਕਰਦੇ ਆ ਕਿ ਇਹਨਾਂ 'ਚ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਵਿਚਾਰਿਆਂ ਕੋਲ ਹੈ ਨਹੀਂ। ਮੈਂ ਰਿਕੁਐਸਟ ਕਰਦਾ ਹੁੰਦਾ ਜੀ ਹਰ ਵਾਰ, ਇੱਕ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਦਾ, ਵੈਸੇ ਮੈਂ ਮਸ਼ਹੂਰ ਹਾਂ ਔਰ ਮੈਨੂੰ ਸਾਰੇ ਜਿਹੜੇ ਕੰਸਲਟੈਂਟ ਵੀਰ ਨੇ ਮੇਰੇ ਉਹ ਮੈਨੂੰ ਗਾਲਾਂ ਇਸ ਲਈ ਕੱਢਦੇ ਆ ਕਿ ਕੋਈ ਵੀ ਜਿਹੜਾ ਬਿਜ਼ਨਸਮੈਨ ਆ, ਕੋਈ ਵੀ ਦੁਕਾਨਦਾਰ ਆ, ਜਾਂ ਜਿਹੜਾ ਕੋਈ ਵੀ ਧੰਦਾ ਕਰਦਾ ਕਿਸੇ ਵੀ ਤਰ੍ਹਾਂ ਦਾ, ਫੋਰ ਐਗਜ਼ਾਮਪਲ ਜੇਕਰ ਸੁਨਿਆਰੇ ਨੇ ਤਾਂ ਉਹ ਇੱਕ ਸੁਨਿਆਰਾ ਕਦੇ ਵੀ ਕਿਸੇ ਗਾਹਕ ਨੂੰ ਇਹ ਨਹੀਂ ਦੱਸਦਾ ਕਿ ਅਸੀਂ ਇੱਥੇ ਵਿੱਚ ਟੰਕਾ ਲਾਉਂਦੇ ਹਾਂ, ਇੱਥੇ ਆਹ ਕਰਦੇ ਹਾਂ, ਇੱਥੇ ਆਹ ਕਰਦੇ ਹਾਂ, ਵੀ ਤੂੰ ਦੂਜੇ ਜਦੋਂ ਸੁਨਿਆਰੇ ਕੋਲ ਜਾ ਕੇ ਜਾਏਗਾ ਤਾਂ ਆਹ ਚੈੱਕ ਕਰੀ, ਇਹ ਨਹੀਂ ਦੱਸਦੇ। ਮਤਲਬ ਆਪਣੇ ਬਿਜ਼ਨਸ ਦੇ ਭੇਤ ਨਹੀਂ ਕੋਈ ਦੱਸਦਾ, ਕੋਈ ਵੀ ਕਮਿਊਨਿਟੀ ਭੇਤ ਨਹੀਂ ਦੱਸਦੀ। ਔਰ ਮੈਂ ਮਸ਼ਹੂਰ ਹਾਂ ਇਹ ਦੱਸਣ 'ਚ ਕਿ ਕੰਸਲਟੈਂਟ ਏਜੰਟਸ ਤੁਹਾਨੂੰ ਠੱਗੀਆਂ ਕਿੱਥੇ ਕਿੱਥੇ ਮਾਰਦੇ ਨੇ, ਕਿਹੜੀ ਕਿਹੜੀ ਜਗ੍ਹਾ ਤੇ ਤੁਹਾਡੇ ਨਾਲ ਕੁੰਡੀ ਵੱਜ ਸਕਦੀ ਹੈ। ਸੋ ਇਸ ਲਈ ਮੈਂ ਮਸ਼ਹੂਰ ਹਾਂ। ਇਹ ਇੱਕ ਹੋਰ ਤੁਹਾਨੂੰ ਮੈਂ ਇਸੇ ਹੀ, ਪਰ ਇਹ ਦੇਖੋ ਇੱਕ ਪਾਸੇ ਗਾਲਾਂ ਪੈਂਦੀਆਂ, ਦੂਜੇ ਪਾਸੋਂ ਪਿਆਰ ਵੀ ਮਿਲਦਾ, ਜਿਹਨਾਂ ਦਾ ਤੁਸੀਂ ਫਾਇਦਾ ਕਰਾ ਰਹੇ ਹੋ ਨਾ, ਵਿਊਅਰਸ ਦਾ, ਜਿਹੜੇ ਸਾਡੇ ਦਰਸ਼ਕ ਨੇ ਜਿਹਨਾਂ ਨੇ ਜਾਣਾ ਹੈ, ਜਿਹੜੇ ਸਟੂਡੈਂਟਸ ਨੇ, ਪੇਰੈਂਟਸ ਨੇ, ਉਹਨਾਂ ਵੱਲੋਂ ਪਿਆਰ ਵੀ ਮਿਲਦਾ। ਹਾਂਜੀ, ਉਹ ਸਾਰੇ ਦੇਵਰ ਲਾਈਕ ਮੈਂ ਹਮੇਸ਼ਾ ਦੱਸਦਾ ਹੁੰਦਾ ਜੀ ਕਿ ਸਿਰਫ ਆਪਣੇ ਬੱਚਿਆਂ ਲਈ, ਮੇਰੇ, ਮੈਂ ਚਾਹੁੰਦਾ ਨਹੀਂ ਸੀਗਾ ਜੀ, ਮੇਰੇ ਫਾਦਰ ਸਾਹਿਬ ਨੇ ਅੰਮ੍ਰਿਤ ਛਕਿਆ ਹੋਇਆ ਜੀ। ਮੈਂ ਕਦੇ ਹਰਿਮੰਦਰ ਸਾਹਿਬ ਜਾਂਦਾ ਹੁੰਦਾ ਸੀ ਕਹਿੰਦਾ ਜੀ, ਉੱਥੇ ਇੱਕ ਫੋਟੋ ਲੱਗੀ ਹੁੰਦੀ ਸੀਗੀ, ਮਤਲਬ ਮੈਨੂੰ ਪਤਾ ਨਹੀਂ ਮੈਂ ਸ਼ੋਅ 'ਚ ਕਿੱਦਾਂ ਦੀ ਆਪਾਂ ਗੱਲਾਂ ਕਰ ਰਹੇ ਹੈ, ਵੈਸੇ ਐਜੂਕੇਸ਼ਨ ਨਾਲ ਰਿਲੇਟਡ, ਬਟ ਇਹ ਮੈਂ ਤੁਹਾਨੂੰ ਦੱਸ ਰਿਹਾ ਜੀ ਫੈਮਿਲੀ ਆਪਣਾ ਬਾਰੇ। ਸੋ ਉੱਥੇ ਇਹ ਹੁੰਦਾ ਸੀਗਾ ਜੀ ਕਿ ਇੱਕ ਸਰਦਾਰ ਜੀ ਬਣੇ ਹੋਏ ਨੇ, ਉਹਨਾਂ ਨੇ ਦਾੜੀ ਰੱਖੀ ਹੋਈ ਆ, ਉਹਨਾਂ ਦੇ ਬੇਟੇ ਨੇ ਮੇਰੇ ਵਾਂਗੂ ਦਾੜੀ ਕੱਟੀ ਹੋਈ ਆ, ਔਰ ਉਹਨਾਂ ਅੱਗੇ ਜਿਹੜੀ ਅਗਲੀ ਤੀਜੀ ਪੀੜ੍ਹੀ ਆ, ਉਹਨਾਂ ਨੇ ਬਾਲ ਵੀ ਕੱਟੇ ਹੋਏ ਆ। ਸੋ ਮੈਂ ਉੱਥੋਂ ਬੱਚਿਆਂ ਨੂੰ ਵਾਪਸ ਮੇਰਾ ਕੈਨੇਡਾ ਤੋਂ ਬੁਲਾਉਣ ਦਾ ਮਕਸਦ ਇਹ ਸੀਗਾ ਜੀ ਕਿ ਬੇਟੇ ਨੇ ਜੀ, ਫਾਦਰ ਸਾਹਿਬ ਨੇ ਅੰਮ੍ਰਿਤ ਛਕਿਆ ਹੋਇਆ, ਹੁਣ ਗਾਹਾਂ ਬੇਟਿਆਂ ਨੇ ਵੀ ਅੰਮ੍ਰਿਤ ਛਕਿਆ ਹੋਇਆ ਜੀ। ਸੋ ਮੇਰੀ ਵਾਰੀ ਰਹਿੰਦੀ ਆ। ਸੋ ਇਹ ਸੀਗਾ ਜੀ ਰੀਜ਼ਨ ਉੱਥੋਂ ਆਉਣ ਦਾ। ਸੋ ਉਹ ਮੈਨੂੰ ਹੁਣ ਸਾਰੇ ਕਹਿਣਗੇ ਤੈਨੂੰ ਪੈਸਾ ਚਾਹੀਦਾ ਨਹੀਂ ਤੇ ਸਾਨੂੰ ਤੂੰ ਕਮਾਉਣ ਨਹੀਂ ਦਿੰਦਾ, ਤੇ ਇਸ ਲਈ ਤੂੰ ਜਾ ਕੇ ਆਪਣੇ ਸਟੂਡੈਂਟਸ ਨੂੰ ਸੈਮੀਨਾਰਾਂ ਦੇ ਉੱਪਰ ਹਰ ਜਗ੍ਹਾ ਤੇ ਉਹ ਗੱਲਾਂ ਦੱਸਦਾ ਕਿ ਸਾਡੀ ਕੁੰਡੀ ਲੱਗਣੀ ਹੌਲੀ 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 ਬੰਦ ਹੋ ਰਹੀ ਆ। ਮੈਨੂੰ ਸੱਚੀ ਨਹੀਂ ਜੀ, ਮੈਨੂੰ ਮਹਾਰਾਜ ਨੇ ਬਹੁਤ ਪੈਸਾ ਦਿੱਤਾ, ਮੈਨੂੰ ਸੱਚੀ ਪੈਸਾ ਨਹੀਂ ਚਾਹੀਦਾ, ਬਸ ਤੁਹਾਡਾ ਸਾਰਿਆਂ ਦਾ ਪਿਆਰ ਤੇ ਇੱਜ਼ਤ ਚਾਹੀਦੀ ਆ, ਸਭ ਕੁਛ ਹੈ ਮਹਾਰਾਜ ਨੇ ਦਿੱਤਾ ਹੋਇਆ ਜੀ, ਬਹੁਤ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਕਿਰਪਾ। ਸੋ ਸੈਮੀਨਾਰਾਂ ਦੇ ਵਿੱਚ ਹੁਣ ਵੀ ਇਸ ਵਾਰ ਵੀ ਉਹ ਕੰਮ ਹੋਏ ਨੇ ਅਮਨ ਭਾਜੀ, ਤੁਸੀਂ ਸੋਚ ਨਹੀਂ ਸਕਦੇ। 10+2 ਨੋਨ ਮੈਡੀਕਲ ਵਾਲੇ ਨੂੰ ਕੈਮੀਕਲ ਲੈਬੋਰਟਰੀ ਟੈਕਨੀਸ਼ੀਅਨ ਦਾ ਕੋਰਸ ਦਿੱਤਾ ਹੋਇਆ ਜੀ, ਦੋ ਇਹ ਇੱਕ ਮੈਡੀਕਲ ਲਾਈਨ ਨਾਲ ਰਿਲੇਟਡ ਹੈ, ਦੋ ਇਹ ਇੱਕ ਕੈਮਿਸਟਰੀ ਨਾਲ ਰਿਲੇਟਡ ਹੈ, ਬਟ ਇਹ ਇਸ ਫੀਲਡ ਦੇ ਨਾਲ ਨਹੀਂ ਹੈਗਾ। ਬਾਇਓਲੋਜੀ ਵਾਲਿਆਂ ਨੂੰ ਹੋਟਲ ਮੈਨੇਜਮੈਂਟ ਦੇ ਕੋਰਸ ਦਿੱਤੇ ਹੋਏ ਨੇ, ਬੈਚਲਰ ਆਫ ਨਰਸਿਸ ਨੇ ਜਿਹੜੀਆਂ ਉਹਨਾਂ ਨੂੰ ਬਿਜ਼ਨਸ ਮੈਨੇਜਮੈਂਟ ਦੇ ਕੋਰਸ ਦਿੱਤੇ ਹੋਏ ਨੇ। ਮੈਂ ਮੇਲਿਆਂ ਦੀ ਗੱਲ ਦੱਸ ਰਿਹਾ ਜੀ, ਮੇਰੇ ਕੋਲ ਆ ਬੱਚੇ ਆਏ ਨੇ ਜਿਹੜੇ ਮੇਰੇ ਕੋਲ ਪ੍ਰੋਫਾਈਲ ਪਈਆਂ ਨੇ। ਇੱਕ ਚੀਜ਼ ਹੈ, ਇੱਕ ਤਾਂ ਹੁੰਦਾ ਵੀ ਦੇ ਦੇਣਾ ਕੋਰਸ, ਬੱਚਾ ਆਇਆ ਉਹਨੂੰ ਕਿਹਾ ਤੂੰ ਆਹ ਲੈ 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 ਲਿਆ, ਹੁਣ ਇੱਕ ਬੱਚਾ ਵੀ ਇੰਨਾ ਸਮਝਦਾਰ ਹੈ, ਉਹਨੂੰ ਪਤਾ ਵੀ ਜੇ ਮਿਸਮੈਚ ਆਫ ਕੋਰਸ ਹੋ ਗਿਆ ਮੇਰੀ ਰਿਜੈਕਸ਼ਨ ਨਹੀਂ ਪਤਾ ਭਾਜੀ। ਦੇਖੋ ਕਹਿਣਾ ਨਹੀਂ ਚਾਹੀਦਾ, ਹੁਣ ਸਾਡੇ, ਹੁਣ ਮੇਰੇ ਕੋਲ ਵੀ ਬਹੁਤ ਸਾਰੇ ਕਾਲਜਸ ਵਾਲੇ
ਰਿਕੁਐਸਟ ਕਰਦੇ ਆ। ਮੈਂ ਉਹ ਮੇਰੀ ਗੱਲ ਵਿੱਚ ਰਹਿ ਗਈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਸੀਗਾ ਵੀ ਭੇਤ ਦੀ ਗੱਲ ਦੱਸਣ ਲੱਗਿਆ ਸੀ, ਉਹ ਮੈਂ ਇੱਕ ਸਾਡੇ ਬਿਜ਼ਨਸ ਦੇ ਹੋਰ ਭੇਤ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਸਾਰਿਆਂ ਨੂੰ, ਤੁਹਾਨੂੰ ਸ਼ਾਇਦ ਸੁਣ ਕੇ ਹੈਰਾਨੀ ਹੋਊਗੀ। ਜਿਹੜੇ ਅਸੀਂ ਜਦੋਂ ਹੋਟਲਾਂ ਦੇ ਵਿੱਚ ਕਾਲਜਸ ਵਾਲਿਆਂ ਨੂੰ 30-40 ਕਾਲਜਸ ਵਾਲਿਆਂ ਨੂੰ ਬੁਲਾਉਂਦੇ ਹਾਂ ਨਾ ਜੀ, ਕਾਲਜਸ ਵਾਲੇ ਸਾਨੂੰ ਪੈਸੇ ਦਿੰਦੇ ਆ ਇਨ ਡਾਲਰਸ, ਪੈਸੇ ਮਿਲਦੇ ਆ ਜੀ, $2,000-$3,000 ਇੱਕ ਕਾਲਜ ਤੋਂ ਸੈਮੀਨਾਰ ਲਾਉਣ ਦੇ। ਐਵੇਂ ਨਹੀਂ ਦੋ ਦੋ ਅਖਬਾਰ, ਤਿੰਨ ਤਿੰਨ ਅਖਬਾਰ ਭਰ ਭਰ ਕੇ ਜਿਹੜੀਆਂ ਐਡਸ ਲੱਗਦੀਆਂ ਨੇ, ਇਹ ਸਾਰੇ ਕਾਲਜਸ ਵਾਲੇ ਸਾਨੂੰ ਪੈਸੇ ਦਿੰਦੇ ਆ। ਮੈਂ ਹੱਥ ਜੋੜ ਕੇ ਰਿਕੁਐਸਟ ਕਰਦਾ ਉਹਨਾਂ ਕਾਲਜਸ ਵਾਲਿਆਂ ਨੂੰ ਵੀ ਤੁਸੀਂ ਮੇਰੇ ਕੋਲ ਨਾ ਆਇਓ, ਫਿਰ ਵੀ ਇਸ ਵਾਰ ਮੇਰੇ ਸੈਮੀਨਾਰ ਦੇ ਵਿੱਚ ਕੁਝ ਕਾਲਜਸ ਵਾਲੇ ਆ ਗਏ ਜਿਨ੍ਹਾਂ ਨਾਲ ਬਹੁਤ ਹੀ ਜ਼ਿਆਦਾ ਪਿਆਰ ਆ, ਅਦਰਵਾਈਜ਼ ਮੈਂ 30-40 ਨੂੰ ਪੈਸੇ ਲੈਣ ਲਈ ਐਕਚੁਅਲ ਦੇ ਵਿੱਚ ਦੇਖੋ। ਹੁਣ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ, ਸ਼ਾਇਦ ਹੁਣ ਤੁਹਾਨੂੰ ਅੱਜ ਸਮਝ ਲੱਗੂਗਾ ਮੇਲਾ ਵਰਡ ਕਿਉਂ ਮਨਾਇਆ ਜਾਂਦਾ ਸੀ, ਕਿਉਂਕਿ 40 ਕਾਲਜਾਂ ਨੂੰ 30 ਕਾਲਜਾਂ ਨੂੰ ਬੁਲਾ ਕੇ ਇੱਕ ਇੱਕ ਤੋਂ ਦੋ ਦੋ ਤਿੰਨ ਤਿੰਨ ਹਜ਼ਾਰ ਡਾਲਰ ਲੈ ਕੇ ਆਪਣਾ 10-15 ਲੱਖ ਰੁਪਇਆ ਇਕੱਠਾ ਕਰਕੇ ਉਹਦੇ 'ਚੋਂ 2-4-5 ਲੱਖ ਰੁਪਇਆ ਖਰਚ ਦੇਣਾ। ਫਿਰ ਉਸ ਟਾਈਮ ਦੇ ਵਿੱਚ ਇਹੋ ਜਿਹੇ ਕੋਰਸਿਸ ਦਿੱਤੇ ਜਾਂਦੇ ਨੇ। ਅਗਰ ਤੁਹਾਨੂੰ ਐਕਸਪਰਟ ਆਪ ਮਿਲਦਾ ਆ ਸਾਰੇ ਸੈਮੀਨਾਰਸ ਦੇ ਵਿੱਚ ਇੱਕ ਇੱਕ ਬੰਦੇ ਨੂੰ, ਹੁਣ ਤੁਸੀਂ ਦੇਖੋ ਜੀ ਵੈਸੇ ਤਾਂ ਸਾਡਾ 11 ਵਜੇ ਦਾ ਟਾਈਮ ਸੀ, ਬਟ ਮੈਂ ਜਿਹੜੀਆਂ ਪਹਿਲਾਂ ਪ੍ਰੀ ਅਪੁਆਇੰਟਮੈਂਟ ਸੀ ਮੇਰਾ ਲੋਕਾਂ ਦੀਆਂ, ਮੈਂ 8 ਵਜੇ ਮਿਲਣਾ ਸ਼ੁਰੂ ਕਰਦਾ ਸੀਗਾ ਜੀ, ਰਾਤ ਨੂੰ 9-9 ਵਜੇ ਤੱਕ ਮੈਂ ਲੋਕਾਂ ਨੂੰ ਮਿਲਦਾ ਰਿਹਾ 11-5 ਸੈਮੀਨਾਰਸ ਦੇ ਵਿੱਚ, ਔਰ ਪਹਿਲਾਂ ਔਰ ਬਾਅਦ ਵਿੱਚੋਂ ਜਿਹੜੇ ਲੋਕ ਬੱਚੇ ਰਜਿਸਟਰਡ ਹੋਏ ਸੀ ਉਹਨਾਂ ਨੂੰ ਮਿਲ ਮਿਲ ਕੇ 12-12 ਘੰਟੇ ਮੈਂ ਆਪ ਲੋਕਾਂ ਨੂੰ ਮਿਲਿਆ ਜੀ ਸਾਰੇ ਸੈਮੀਨਾਰਾਂ ਦੇ ਵਿੱਚ, ਔਰ ਕੰਟੀਨਿਊਸਲੀ ਮੇਰੇ 10 ਤੋਂ ਲੈ ਕੇ 16 ਤੱਕ 7 ਸੈਮੀਨਾਰ ਸੀਗੇ ਜੀ। ਇਹ ਫਰਕ ਹੈ ਜੀ, ਇਹ ਫਰਕ ਆ ਮੇਲਿਆਂ 'ਚ ਸੈਮੀਨਾਰਾਂ 'ਚ। ਸੈਮੀਨਾਰਾਂ 'ਚ ਅਸੀਂ ਐਜੂਕੇਟ ਕਰਦੇ ਹਾਂ ਜੀ ਬੱਚਿਆਂ ਨੂੰ, ਔਰ ਬਹੁਤ ਇੰਨੇ ਜ਼ਿਆਦਾ ਮੈਨੂੰ ਬੱਚੇ ਉਹ ਮਿਲੇ ਨੇ। ਹਜੇ ਵੀ ਮੈਂ ਬੱਚਿਆਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਅਗਰ ਤੁਸੀਂ ਸੈਮੀਨਾਰਸ ਦੇ ਵਿੱਚ ਨਹੀਂ ਆ ਸਕੇ ਕੋਈ ਪ੍ਰੋਬਲਮ ਨਹੀਂ, ਤੁਸੀਂ ਮੇਰਾ ਲੁਧਿਆਣੇ, ਅੰਮ੍ਰਿਤਸਰ ਐਂਡ ਚੰਡੀਗੜ੍ਹ ਆਫਿਸ ਮੇਰੇ ਹੈਲਪਲਾਈਨ ਨੰਬਰ ਦੇ ਉੱਪਰ ਕਾਲ ਕਰਕੇ ਪਤਾ ਕਰ ਸਕਦੇ ਹੋ ਕਿ ਮੇਰੀ ਅਵੇਲੇਬਿਲਟੀ ਕਦੋਂ ਆ। ਤੁਸੀਂ ਆ ਕੇ ਫਿਰ ਮੈਨੂੰ ਮਿਲ ਲਓ, ਐਂਡ ਆਈ ਐਮ ਸ਼ਿਓਰ ਕਿ ਜਿਹੜੇ ਤੁਸੀਂ ਆਫਰ ਲੈਟਰ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਨੇ ਉਹ ਸਹੀ ਵੀ ਆ ਕਿ ਨਹੀਂ, ਮੈਨੂੰ ਇੱਕ ਵਾਰ ਤਾਂ ਜ਼ਰੂਰ ਮਿਲ ਲਓ ਸੋ ਦੈਟ ਤੁਹਾਡਾ ਕਰੀਅਰ ਤਾਂ ਨਾ ਖਰਾਬ ਹੋਵੇ। ਯਾਰ 25 ਲੱਖ ਰੁਪਇਆ ਲਾਉਣਾ ਅਸੀਂ 2 ਸਾਲਾਂ ਦੇ ਵਿੱਚ, ਕੋਈ ਮਿੱਟੀ ਤਾਂ ਹੈ ਨਹੀਂ ਜੀ ਵੀ ਪੈਸਾ ਆ ਆਫਟਰ ਆਲ ਖਰਾਬ ਨਾ ਹੋਵੇ। ਇਸ ਲਈ ਸਹੀ ਕੋਰਸ ਅਗਰ ਹੋਊਗਾ ਤਾਂ ਹੀ ਤੁਸੀਂ ਆਪਣੀਆਂ ਬੁਲੰਦੀਆਂ ਛੂਮੋਗੇ, ਤਾਂ ਹੀ ਆਪਣੀ ਮੰਜ਼ਿਲ 'ਤੇ ਤਾਂ ਪਹੁੰਚੋਗੇ, ਅਗਰ ਸਹੀ ਤੁਸੀਂ ਪਲੇਟਫਾਰਮ ਚੂਜ਼ ਕੀਤਾ, ਨਹੀਂ ਤਾਂ ਨਹੀਂ ਜਾ ਸਕਦੇ। ਸੰਤੋਸ਼, ਜਦੋਂ ਸੈਮੀਨਾਰਾਂ ਦੇ ਵਿੱਚ ਤੁਸੀਂ ਕਹਿੰਦੇ ਐਡਵਾਂਟੇਜ ਮਿਲਦੀ ਹੈ ਬੱਚਿਆਂ ਨੂੰ, ਡਿਸਐਡਵਾਂਟੇਜ ਵੀ ਮਿਲਦੀ ਹੈ ਮੇਲਿਆਂ ਦੇ ਵਿੱਚ। ਹਾਂਜੀ, ਜਦੋਂ ਬੱਚਾ ਆਉਂਦਾ ਹੈ ਉਦੋਂ ਇਹੀ ਕੁਐਸਚਨ ਹੁੰਦਾ ਵੀ ਮੇਰੇ ਲਈ ਕੋਰਸ ਕਿਹੜਾ ਬੈਨੀਫਿਸ਼ੀਅਲ ਹੈ, ਜਾਂ ਘਰੋਂ ਰਿਸਰਚ ਕਰਕੇ ਵੀ ਬੱਚਾ ਸੈਮੀਨਾਰ ਦੇ ਵਿੱਚ ਵਿਜ਼ਿਟ ਕਰ? 90% ਰਿਸਰਚ ਕਰਕੇ ਨਹੀਂ ਆਉਂਦੇ, 90% ਸਿਰਫ ਕਾਲਜਾਂ ਕਰਨੂੰ ਵੀ ਮਿਲਾਂਗੇ ਇਸ ਲਈ ਆਉਂਦੇ ਆ, ਕਾਲਜਸ ਨੂੰ ਮਿਲ ਕੇ ਕੋਰਸ ਐਂਡ ਤੁਹਾਡੇ ਲਈ ਜਗ੍ਹਾ। ਦੇਖੋ ਮੈਂ ਬੈਠਾ, ਅਮਨ ਭਾਅ ਜੀ ਬੈਠੇ ਨੇ, ਅਸੀਂ ਦੋਨੋਂ ਕੁਰਸੀਆਂ ਲਗਾ ਕੇ ਆਪਣੇ, ਮੇਰਾ ਇੱਕ ਕਾਲਜ ਆ, ਇਹਨਾਂ ਦਾ ਇੱਕ ਕਾਲਜ ਆ, ਕੈਨੇਡਾ ਛੱਡ ਕੇ ਆਏ ਨੇ, ਆਪਣਾ ਪਰਿਵਾਰ ਕੈਨੇਡਾ ਦੇ ਵਿੱਚ ਛੱਡ ਕੇ ਆਏ ਨੇ, ਬੱਚਿਆਂ ਨੂੰ ਛੱਡ ਕੇ ਆਏ ਨੇ, ਕਾਲਜ ਵੱਲੋਂ ਆਏ ਨੇ, ਖਰਚੇ ਪੈਣੇ ਨੇ। ਟਾਰਗੇਟ ਕੀ ਹੋਊਗਾ ਭਾਅ ਜੀ ਤੁਹਾਡਾ? ਸਟੂਡੈਂਟ ਇਨਰੋਲ ਕਰਨਾ, ਮੈਕਸੀਮਮ ਸਟੂਡੈਂਟ ਇਨਰੋਲ ਕਰਨਾ, ਫਿਰ ਉਹ ਭਾਵੇਂ ਉਹਦੀ ਐਲੀਜੀਬਿਲਟੀ ਬਣਦੀ ਨਹੀਂ ਬਣਦੀ ਜੋ ਵੀ ਹੁੰਦਾ, ਸਟੂਡੈਂਟ ਇਨਰੋਲ ਕਰਨਾ ਹੀ ਕਰਨਾ ਐਟ ਐਨੀ ਕੋਸਟ ਦੇ ਵਿੱਚ। 19 ਸਟੂਡੈਂਟਸ ਐਵੇਂ 50 ਬੈਠੇ ਹੋਏ ਨੇ ਜੀ, 40 ਬੈਠੇ ਨੇ, ਉਹਨਾਂ ਨੇ ਆਪਣਾ ਆਪਣਾ ਕੰਮ ਕਰ ਲਿਆ। ਹੁਣ ਅਸੀਂ, ਮੇਰੇ ਕੋਲ ਵੀ 40 ਕਾਲਜਸ ਨੇ ਜੀ, ਬਟ ਮੇਰੇ ਕੋਲ ਉਹ 40 ਕਾਲਜਸ ਆ ਪਏ ਨੇ ਜੀ, ਮੈਂ ਤੁਹਾਨੂੰ ਮਿਲਿਆ, ਮੈਂ ਮੇਰੀ ਉਹ ਭਰੀ ਪਈ ਆ ਜੀ, ਮੇਰੀ ਟੋਕਰੀ 'ਚ ਸਾਰੇ ਫਲ ਪਏ ਹੋਏ ਨੇ, ਤੁਹਾਡੇ ਅਕੋਰਡਿੰਗਲੀ ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਸਾਰੀ ਗੱਲਬਾਤ ਕਰਕੇ, ਤੁਹਾਡੇ ਅਕੋਰਡਿੰਗਲੀ ਇਹਨਾਂ ਸਾਰਿਆਂ 'ਚੋਂ ਤੁਹਾਡੇ ਲਈ ਬੈਸਟ ਕਿਹੜਾ ਮੈਂ ਤੁਹਾਨੂੰ ਉਹਦੇ ਦੇਣਾ। ਮੇਨ ਆਹੀ ਫਰਕ ਰਹਿੰਦਾ, ਰਿਪ੍ਰੈਜੈਂਟੇਟਿਵ ਜਿਹੜਾ ਉਹ ਆਪਣੇ ਕਾਲਜ ਬਾਰੇ ਜ਼ਿਆਦਾ ਦੱਸੇਗਾ, ਉਹ ਦੂਜੇ ਬਾਰੇ ਨਹੀਂ ਦੱਸ ਪਾਏਗਾ, ਨਾ ਦੱਸਣਾ ਚਾਹੁੰਦਾ ਉਹ। ਹਾਂਜੀ, ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਕੰਫਿਊਜ਼ਨ ਹੈ। ਇੱਕ ਖਾਸ ਜਿਹੜੇ ਬੱਚੇ ਕੁਛ ਹੋ ਜਾਂਦੇ ਆ, ਨਹੀਂ ਜੀ ਓਨਟੈਰੀਓ ਜਾਣਾ,
ਜਿਹੜਾ ਮਰਜ਼ੀ ਕਾਲਜ ਮਿਲ ਜੇ, ਓਨਟੈਰੀਓ ਜਾਣਾ, ਇਸੇ ਇੰਟੇਕ 'ਚ ਜਾਣਾ, ਜਿਹੜਾ ਮਰਜ਼ੀ ਕੋਰਸ ਮਿਲ ਜੇ, ਉਹਨਾਂ ਨੂੰ ਕੀ ਕਹਿਣਾ, ਉਹ ਕਿਵੇਂ ਅਵੇਅਰ ਹੋ ਸਕਦੇ ਨੇ? ਸਰ ਉਹ ਬੱਚਿਆਂ ਅਤੇ ਉਹਨਾਂ ਦੇ ਪੇਰੈਂਟਸ ਦਾ ਮਕਸਦ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਹੁੰਦਾ ਅਤੇ ਬੱਚਿਆਂ ਦਾ ਮਕਸਦ ਪੜ੍ਹਨਾ ਨਹੀਂ ਹੁੰਦਾ, ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਦਾ ਮਤਲਬ ਹੁੰਦਾ ਕਿ ਆਪਣੇ ਬੱਚੇ ਨੂੰ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਹਵਾਲੇ ਕਰਨਾ, ਬਸ ਉਹ ਪੜ੍ਹੇ ਨਾ ਪੜ੍ਹੇ, ਪੱਕਾ ਹੋਵੇ ਨਾ ਹੋਵੇ, ਉਹ ਵੱਖਰੀ ਗੱਲ ਆ, ਬਸ ਆਪਣੀ ਭੂਆ ਕੋਲ, ਚਾਚੇ ਤਾਏ ਮਾਮੇ ਮਾਸੀ ਕੋਲ ਭੇਜ ਦੇਣਾ, ਫਿਰ ਉਹਦੇ ਨਾਲ ਕੰਪਰੋਮਾਈਜ਼ ਸਾਡੇ ਜੁੜ ਜਾਂਦੇ ਆ। 80% ਅਸੀਂ ਲੇਬਰ ਉੱਥੇ ਇਸ ਲਈ ਕਰਦੇ ਹਾਂ ਨਾ ਕਿਉਂਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਉੱਥੇ ਕੀ ਕਰਨ ਚੱਲੇ ਹਾਂ ਐਂਡ ਕੀ ਸਾਡਾ ਮਕਸਦ ਆ। ਸੋ ਇਹ ਉਹਨਾਂ ਬੱਚਿਆਂ ਦਾ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਬਿਕੋਜ਼ ਮੈਂ ਦੋ ਦੋ ਘੰਟੇ ਵੀ ਲੈਕਚਰ ਦੇ ਕੇ ਦੇਖਿਆ, ਦੋ ਘੰਟੇ ਲੈਕਚਰ ਸੁਣ ਕੇ ਬਾਅਦ 'ਚ ਕਹਿਣਗੇ ਜੀ ਫਿਰ ਤੁਸੀਂ ਟੋਰਾਂਟੋ ਹੀ ਭੇਜ ਦਿਓ, ਉੱਥੇ ਫਿਰ ਇਹਦੀ ਭੂਆ ਹੈਗੀ, ਸੰਭਾਲ ਤਾਂ ਲਊਗੀ ਨਾ, ਬੱਚਾ ਕਦੇ ਘਰੋਂ ਬਾਹਰ ਨਹੀਂ ਨਿਕਲਿਆ। ਸੋ ਉੱਥੇ ਕੁਛ ਨਹੀਂ ਕਰ ਸਕਦੇ ਸਰ, ਪਰ ਜਿਹੜੇ ਸੱਚੀ ਹੀ ਕੁਛ ਕਾਮਯਾਬ ਹੋਣਾ ਚਾਹੁੰਦੇ ਆ, ਬੱਚੇ ਲਾਈਫ ਦੇ ਵਿੱਚ ਜਾਣਾ ਚਾਹੁੰਦੇ ਆ, ਉਹ 10% ਨੇ, ਉਹ ਜ਼ਰੂਰ ਰਿਸਰਚ ਕਰਕੇ ਆਉਂਦੇ। ਸਭ ਤੋਂ ਮੈਂ ਇੱਕ ਸਵਾਲ ਤੁਹਾਨੂੰ ਤੁਹਾਡੇ ਪਰਸਨਲ ਲਾਈਫ ਬਾਰੇ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਉੱਥੇ ਲਾਈਫ ਹੰਢਾਈ ਹੈ ਕੈਨੇਡਾ ਦੇ ਵਿੱਚ, ਉਹ ਲਾਈਫ ਬੜੀ ਨਜ਼ਦੀਕੀ ਨਾਲ ਦੇਖੀ ਹੈ ਜਿਹੜੀ ਮੇਰੇ ਖਿਆਲ ਮੈਕਸੀਮਮ ਸਾਡੇ ਕੰਸਲਟੈਂਟਸ ਨੇ ਨਹੀਂ ਦੇਖੀ। ਕੀ ਫਰਕ ਹੈ ਇੱਕ ਬੱਚਾ ਟੋਰਾਂਟੋ ਜਾਂਦਾ, ਇੱਕ ਅਲੱਗ ਪ੍ਰੋਵਿੰਸਿਸ ਦੇ ਵਿੱਚ ਜਾਂਦਾ, ਆਫਟਰ ਦਾ ਕੰਪਲੀਸ਼ਨ ਆਫ ਕੋਰਸ ਜਾਂ ਆਫਟਰ ਜਦੋਂ ਵਰਕ ਪਰਮਿਟ ਮਿਲ ਜਾਂਦਾ, ਕੀ ਫਰਕ ਰਹਿੰਦਾ ਦੋਨਾਂ ਦੇ ਵਿੱਚ? ਭਾਜੀ ਮੈਂ ਇੱਕ ਐਗਜ਼ਾਮਪਲ ਦਿੰਦਾ, ਵੈਸੇ ਤਾਂ ਵੇਰਡ ਜੀ ਐਗਜ਼ਾਮਪਲ ਆ, ਗੰਦੀ ਜਿਹੀ ਐਗਜ਼ਾਮਪਲ ਆ, ਬਟ ਮੈਂ ਫਿਰ ਵੀ ਤੁਹਾਨੂੰ ਦੇ ਦਿੰਦਾ ਕਿਉਂਕਿ ਸ਼ਾਇਦ ਮੈਨੂੰ ਇਹੀ ਮੇਰਾ ਤਰੀਕਾ ਵਾ ਸਮਝਾਉਣ ਦਾ। ਇੱਕ ਮੇਰੀ ਮੋਟਰ ਹੈ ਜੀ, ਮੇਰੀ ਮੋਟਰ ਦੇ ਉੱਪਰ 10 ਬਈਏ ਕੰਮ ਕਰਦੇ ਆ, ਠੀਕ ਹੈ ਜੀ, ਗੁੱਸਾ ਨਾ ਕਰਿਓ ਜੀ, ਮਾਫ਼ੀ ਚਾਹੁੰਦਾ ਤੁਹਾਡੇ ਤੋਂ, ਮੈਂ ਇੱਕ ਐਗਜ਼ਾਮਪਲ ਦਿੰਦਾ, ਇੱਕ ਉਦਾਹਰਨ ਆ, ਮੇਰੀ ਮੋਟਰ ਹੈ ਜੀ, ਮੇਰੀ ਮੋਟਰ 'ਤੇ 10 ਬਈਏ ਹੁਣ ਆਏ ਹੋਏ ਨੇ ਜੀ, ਕਣਕ ਵੱਢਣ ਦਾ ਸੀਜ਼ਨ ਆਇਆ ਹੋਇਆ ਜੀ, ਹੁਣ ਮੈਂ 10 ਬਈਏ ਮੇਰੇ ਕਣਕ ਵੱਢਣ ਲਈ ਆਏ ਹੋਏ ਨੇ, ਠੀਕ ਹੈ ਜੀ। ਜਿਹੜਾ 11ਵਾਂ ਉਹਨਾਂ ਦਾ ਸਾਥੀ ਆਊਗਾ ਜੀ ਉੱਥੇ ਮੇਰੀ ਮੋਟਰ 'ਤੇ, ਉਹ ਕੀ ਕਰੂਗਾ ਜੀ? ਉਹ ਕੀ ਪਿੰਡ ਦਾ ਸਰਪੰਚ ਲੱਗ ਜੂਗਾ, ਜਾਂ ਪੰਚਾਇਤ ਸੈਕਟਰੀ ਲੱਗ ਜੂਗਾ, ਜਾਂ ਕੋਈ ਰੇਹ ਦੀ ਜਾਂ ਸਪਰੇਅ ਦੀ ਦੁਕਾਨ ਖੋਲ੍ਹ ਲੂਗਾ, ਉਹ ਵੀ ਉਹੀ ਕਰੂਗਾ ਜਿਹੜਾ ਕੁਛ ਉਹ ਕਰੂਗਾ। ਅੱਛਾ ਉਹ 11ਵਾਂ 10 ਦੇ ਕੋਲ ਕਿਉਂ ਆਇਆ ਸੀਗਾ? ਕਿਉਂਕਿ ਉਹਨੂੰ ਏਅਰਪੋਰਟ ਪਿਕਅਪ ਮਿਲ ਗਈ ਸੀਗੀ, ਮਤਲਬ ਉਹਨੂੰ ਬੱਸ ਸਟੈਂਡ ਤੋਂ 6 ਬਈਏ ਨਾਲ ਲੈਣ ਚਲੇ ਗਏ ਸੀਗੇ, ਫਿਰ ਉਹਨੂੰ ਅਕੋਮੋਡੇਸ਼ਨ ਮਿਲ ਗਈ ਸੀ, ਮਤਲਬ ਜਿਹੜੀ ਮੇਰੀ ਮੋਟਰ ਦੇ ਉੱਤੇ ਉਹ ਸੌਂਦੇ ਸੀਗੇ ਉਹਨਾਂ ਦੇ ਵਿੱਚ ਆ ਕੇ ਉਹ ਵੀ ਸੋ ਗਿਆ, ਫਿਰ ਉਹਨੂੰ ਖਾਣਾ ਪੀਣਾ ਵੀ ਮਿਲ ਗਿਆ। ਖਾਣਾ ਪੀਣਾ ਮਤਲਬ ਉਹ ਜਿਹੜੇ ਜਿੱਥੇ ਥੱਲੇ ਫਰਸ਼ ਦੇ ਉੱਪਰ ਰੋਟੀਆਂ ਪਕਾਉਂਦੇ ਸੀ ਉਹ ਮੁੱਠੀ ਭਰ ਚੌਲ ਉਹਦੇ ਵੀ ਪਾ ਕੇ, ਉਹਦਾ ਵੀ, ਉਹਦੀ ਏਅਰਪੋਰਟ ਪਿਕਅਪ, ਅਕੋਮੋਡੇਸ਼ਨ, ਖਾਣਾ ਪਾਣਾ ਹੋ ਗਿਆ, ਉਹਦੀ ਜੌਬ ਵੀ। ਦੂਜੇ ਦਿਨ ਉਹਨਾਂ 'ਚੋਂ ਜਿਹੜਾ ਹੈੱਡ ਭਈਆ ਸੀਗਾ ਉਹ ਘਰੇ ਲਿਆਇਆ, ਸਰਦਾਰ ਜੀ ਇੱਕ ਭਈਆ ਔਰ ਆ ਗਿਆ, ਇਸ ਕੋ ਰੱਖ ਲਓਗੇ? ਸਰਦਾਰ ਜੀ ਤਾਂ ਪਹਿਲੇ ਹੀ ਤੱਪੇ ਪਏ ਨੇ ਵਿਚਾਰੇ, ਭਈਏ ਤਾਂ ਮਿਲਦੇ ਹੀ ਨਹੀਂ ਗੇ, ਉਹ ਕਹਿੰਦੇ ਹਾਜ਼ਾ ਰੱਖ ਲਾਂਗੇ, ਲਿਆ ਲਿਆ ਭਈਏ ਤੋਂ ਬੜੇ ਚਾਹੀਏ, ਲਿਆ ਜਿਤਨੇ ਔਰ ਚਾਹੀਏ, ਟਰੱਕ ਭਰ ਕੇ ਲਿਆ ਭਈਓ ਕਾ, ਉਹ ਵੀ ਰੱਖ ਲਿਆ। ਫਿਰ ਉਹ ਫੋਨ ਕਰਦਾ ਆਪਣੇ ਘਰੇ, ਬਾਪੂ ਮਿਲ ਗਈ ਕਾਮ ਹਮੇ, ਕਾਮ ਮਿਲ ਗਿਆ ਵਹਾਂ ਪੇ, ਸਰਦਾਰ ਜੀ ਨੇ ਰੱਖ ਲਿਆ ਹਮੇ ਇਤਨੇ ਰੁਪਈਏ ਪੇ ਘੰਟੇ ਪੇ। ਉਹੀ ਜਿਹੜੇ 10 ਜਿਨ੍ਹਾਂ ਕੋਲ ਅਸੀਂ ਆਪਣੇ ਬੱਚੇ ਜਿਹੜੇ ਪਹਿਲਾਂ ਲੇਬਰ ਕਰ ਰਹੇ ਹੈਗੇ ਆ, ਜਿਹੜੇ ਸਾਡੀ ਉੱਥੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਉੱਥੇ ਖੁਦ ਵਿਚਾਰੇ ਨੌਕਰੀ ਕਰ ਰਹੇ ਨੇ, 80% ਜਿਹੜਾ ਬੰਦਾ ਆਪ ਕਿਤੇ ਨੌਕਰੀ ਕਰ ਰਿਹਾ, ਲੇਬਰ ਕਰ ਰਿਹਾ, ਕਿਸੇ ਗੈਸ ਸਟੇਸ਼ਨ 'ਤੇ ਲੱਗਿਆ ਹੋਇਆ, ਕਿਸੇ ਗਰੋਸਰੀ ਸਟੋਰ ਦੇ ਉੱਪਰ ਲੱਗਿਆ, ਕੋਈ ਟਰੱਕ ਚਲਾ ਰਿਹਾ ਵਾ, ਕੋਈ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਆ, ਕੋਈ ਪਲੱਕਿੰਗ ਦਾ ਕੰਮ ਕਰ ਰਿਹਾ, ਕੋਈ ਔਰਚਰਡ ਦੇ ਵਿੱਚ ਲੱਗਿਆ ਹੋਇਆ, ਅਸੀਂ ਜਾਂਦੇ ਹਾਂ ਏਅਰਪੋਰਟ ਤੋਂ ਪਿੱਕ ਹੋ ਜਾਂਦਾ, ਘਰੇ ਰੱਖ ਲੈਂਦੇ ਆ ਸਾਨੂੰ, ਔਰ ਸਾਨੂੰ ਲਿਜਾ ਕੇ ਉਹ ਉੱਥੇ ਨਾਲ ਦੂਜੇ ਦਿਨ ਆਪਣੇ ਨਾਲ ਹੀ ਲੇਬਰ 'ਤੇ ਕੰਮ ਲਾ ਲੈਂਦੇ ਆ। ਐਕਚੁਅਲ ਦੇ ਵਿੱਚ ਇਹ ਕੁਛ ਵੀ ਇਹਦੇ 'ਚ ਮਾੜਾ ਨਹੀਂ ਆ, ਮੈਂ ਬਸ ਕਹਿਣਾ ਇਹ ਚਾਹੁੰਦਾ ਆਪਣੇ ਉਹ ਬੱਚਿਆਂ ਨੂੰ ਕਿ ਕੈਨੇਡਾ ਹੀ ਜਾਣਾ ਚਾਹੁੰਦੇ ਹੋ ਤੁਸੀਂ, ਬਸ ਕਿ ਜਾਣਾ ਹੀ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਵੈਸੇ ਫਿਰ ਤਾਂ ਠੀਕ ਆ, ਫਿਰ ਤਾਂ ਸਾਰਾ ਕੁਛ ਓਕੇ ਆ, ਫਿਰ ਵਿਆਹ ਵੀ ਹੋ ਜਾਣਾ,
15 20 ਸਾਲਾਂ 'ਚ ਤੁਹਾਡਾ ਘਰ ਵੀ ਬਣ ਜਾਣਾ, ਕਿਉਂਕਿ 6 7 ਕਰੋੜ ਰੁਪਏ ਦਾ ਉੱਥੇ ਘਰ ਆ ਮਿਨੀਮਮ, ਤੇ $5,000 ਮੈਕਸਿਮਮ ਤੋਂ ਮੈਕਸਿਮਮ ਇੱਕ ਬੰਦਾ 2.5 ਲੱਖ ਰੁਪਇਆ ਮਹੀਨੇ ਦਾ ਕਮਾਉਂਦਾ, ਤੇ ਲੱਖ ਰੁਪਇਆ 70 80 ਰੁਪਇਆ ਟੈਕਸ ਟੋਕਸ ਕੱਢ ਕੇ ਜਿਹੜਾ ਤੁਹਾਡੇ ਕੋਲ 1 ਲੱਖ 60 70 ਹਜ਼ਾਰ ਬਚਿਆ ਉਹਦੇ 'ਚੋਂ ਖਰਚੇ ਖੁਰਚੇ ਕੱਢ ਕੇ ਜੇ ਤੁਸੀਂ ਲੱਖ ਰੁਪਇਆ ਮਹੀਨਾ ਵੀ ਕਮਾਓਗੇ ਤਾਂ ਸਾਲ ਦਾ 12 ਲੱਖ ਬਣਿਆ ਤੇ 10 ਸਾਲਾਂ ਦਾ 1 ਕਰੋੜ ਬਣਿਆ, 10 ਸਾਲਾਂ ਦਾ 1 ਕਰੋੜ ਬਣਿਆ ਤੇ 5 ਕਰੋੜ ਦਾ ਘਰ ਆ। ਕਦੋਂ ਲੈਣਾ ਘਰ? ਹਾਰਡ ਵਰਕ ਕਰੋਗੇ ਤਾਂ ਸੁਪਨਾ ਹੀ ਰਹਿ ਜਾਣਾ ਸਾਰਾ ਕੁਝ। ਉੱਥੇ ਲਾਈਫ ਹਨਾਉਣ ਦਾ ਦੇਖਣ ਦਾ ਮਕਸਦ ਇਹ ਆ ਕਿ ਮੈਂ ਜਿਹੜਾ ਹਿਸਾਬ ਕਿਤਾਬ ਲਾਇਆ ਉੱਥੇ ਉਹ ਇਹ ਹੈ, ਕੈਨੇਡਾ ਪਹੁੰਚਣ ਦੇ ਨਾਲ ਤੁਹਾਡੇ ਸੁਪਨੇ ਹੱਲ ਨਹੀਂ ਹੋਣੇ ਬੱਚਿਓ, ਕੈਨੇਡਾ ਪਹੁੰਚਣ ਦੇ ਨਾਲ ਤੁਹਾਡੇ ਮਾਂ ਪਿਓ ਦੇ ਸੁਪਨੇ ਸਾਕਾਰ ਨਹੀਂ ਹੋਣੇ, ਕੈਨੇਡਾ ਜਾ ਕੇ ਹਾਰਡ ਵਰਕ ਕਰਨ ਦੇ ਨਾਲ ਤੁਹਾਡੇ ਸੁਪਨੇ ਸਾਕਾਰ ਨਹੀਂ ਹੋਣੇ, ਕੈਨੇਡਾ ਪਹੁੰਚ ਕੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਨਾਲ ਤੁਹਾਡੇ ਸੁਪਨੇ ਸਾਕਾਰ ਨਹੀਂ ਹੋਣੇ। ਤੁਸੀਂ ਕੁਛ ਵੀ ਨਹੀਂ ਕਰ ਸਕਦੇ ਪਰਮਾਨੈਂਟ ਰੈਜ਼ੀਡੈਂਸ ਲੈਣ ਨਾਲ ਅੰਟਿਲ ਨਾਲੇ ਤੁਸੀਂ ਉੱਥੇ ਜਾ ਕੇ ਸਮਾਰਟ ਵਰਕ ਨਹੀਂ ਕਰਦੇ, ਮਤਲਬ 1 ਘੰਟੇ ਦੇ $50 ਜਾਂ $60 ਨਹੀਂ ਕਮਾਉਂਦੇ, ਔਰ ਉਹ ਤਦੋਂ ਕਮਾਓਗੇ ਜਦੋਂ ਤੁਸੀਂ ਅੱਛੇ ਤਰੀਕੇ ਨਾਲ ਪ੍ਰੋਪਰ ਵੇ ਦੇ ਨਾਲ ਪੜ੍ਹਿਆ ਹੋਊਗਾ, ਔਰ ਪੜ੍ਹਿਆ ਤਦ ਹੋਊਗਾ ਜਦ ਆਪਣੇ ਭੂਆ ਰਿਸ਼ਤੇਦਾਰਾਂ ਚਾਚੀਆਂ ਤਾਈਆਂ ਕੋਲੋਂ ਦੂਰ ਗਏ ਹੋਵੋਗੇ, ਔਰ ਤੁਸੀਂ ਕੰਮ ਨਹੀਂ ਕੀਤਾ ਹੋਊਗਾ ਜਿਹੜਾ ਪਾਰਟ ਟਾਈਮ ਵਰਕ ਪਰਮਿਟ ਜਿਹੜੇ 20-20 ਆਵਰਸ ਦੇ ਤੁਹਾਨੂੰ ਲੱਗੀ ਹੁੰਦੀ ਆ, ਹੋਰ ਵਾਈਟ ਕਾਲਰ ਜੋਬ ਸੋਚ ਜਿਹੜੀ ਆ ਉਹ ਬਣਾਉਣੀ ਐਗਜੈਕਟਲੀ। ਬਲੂ ਸਾਡੇ ਇੱਥੇ ਕਾਲੇ ਕੱਪੜੇ ਕਹਿੰਦੇ ਨਾ ਅਸੀਂ, ਕਾਲੇ ਤੇ ਚਿੱਟੇ, ਉੱਥੇ ਬਲੂ ਐਂਡ ਵਾਈਟ ਹੁੰਦੇ ਆ ਜੀ ਉਹ, ਕਿਉਂਕਿ ਉੱਥੇ ਬਲੂ ਡਰੈਸ ਹੁੰਦੀ ਆ। ਸੋ ਬਲੂ ਡਰੈਸ ਪਾ ਕੇ ਸਾਰੀ ਜ਼ਿੰਦਗੀ ਕੰਮ ਕਰਦੇ ਰਹੇ ਉਹ ਕੁਛ ਨਹੀਂ ਬਣ ਸਕਦੇ ਤੁਸੀਂ ਉੱਥੇ, ਅੰਟਿਲ ਅਨਲੈਸ ਤੁਸੀਂ ਵਾਈਟ ਕਾਲਰ ਜੋਬਸ ਨਹੀਂ ਕਰਦੇ। ਵਾਈਟ ਕਾਲਰ ਜੋਬ ਦਾ ਮਤਲਬ ਸੁਪਰਵੀਜ਼ਨ ਜਾਂ ਫਿਰ ਕੋਈ ਬਿਜ਼ਨਸ ਨਹੀਂ ਉੱਥੇ ਜਾ ਕੇ ਕਰਦੇ। ਸੋ ਬੱਚਿਓ ਮੇਰੀ ਰਿਕੁਐਸਟ ਆ, ਕੈਨੇਡਾ ਦੇ ਵਿੱਚ ਜਾਣਾ ਆਪਣਾ ਮਕਸਦ ਟਾਰਗੇਟ ਨਾ ਰੱਖੋ, ਔਰ ਇਹੀ ਸਾਡਾ ਮਕਸਦ ਆ ਜੀ ਰੈਫਲ ਜੈਡੀਸਿਟੀ ਦਾ। ਇਸੇ ਲਈ ਸੈਮੀਨਾਰ ਲਾਉਂਦੇ ਹਾਂ, ਇਸੇ ਲਈ ਐਜੂਕੇਟ ਕਰਦੇ ਹਾਂ, ਇਸ ਲਈ ਰਾਈਟ ਕੋਰਸਿਸ ਦਿੱਤਾ ਜਾਂਦੇ ਆ ਕਿ ਆਹ ਕੋਰਸ ਕਰੋ, ਇਸ ਲਈ ਉੱਥੋਂ ਦੀਆਂ ਅੰਕੜੇ ਫਿਗਰਸ ਦੱਸੀਆਂ ਜਾਂਦੀਆਂ ਨੇ, ਆਹ ਹੋ ਰਿਹਾ ਜੀ ਉੱਥੇ। ਦੱਸ ਵੀ ਉਹੀ ਸਕਦਾ ਜਿਹਨੇ ਆਪ ਉਸ ਲਾਈਫ ਨੂੰ ਦੇਖਿਆ, ਮੇਰੇ ਖਿਆਲ ਹਲੇ ਤੱਕ ਕਈ ਸਾਡੇ ਵੀਰਾਂ ਦੇ ਕੈਨੇਡਾ ਦੇ ਉੱਥੇ ਦੇ ਵੀਜ਼ੇ ਵੀ ਹੈ ਨਹੀਂ, ਜਿਹੜੇ ਕੰਸਲਟੈਂਟ ਇੱਥੋਂ ਕੈਨੇਡਾ ਬਾਰੇ ਲੱਗ ਨਹੀਂ ਰਹੇ ਜੀ, ਬਲੈਕ ਲਿਸਟਡ ਨੇ। ਇੱਕ ਤਾਂ ਜਲੰਧਰ ਦਾ ਬਹੁਤ ਵੱਡਾ ਏਜੰਟ, ਉਹਨੂੰ ਵੀਜ਼ਾ ਨਹੀਂ ਲੱਗ ਰਿਹਾ, 2-3 ਹੋਰ ਨੇ, ਕਦੇ ਉਹਨਾਂ ਨੂੰ ਤੁਸੀਂ ਦੇਖ ਚੈੱਕ ਕਰ ਲਿਓ, ਉਹਨਾਂ ਨੂੰ ਕੋਈ ਕੈਨੇਡਾ ਦੇ ਵਿੱਚ ਲਾਈਵ ਹੋ ਕੇ ਦਿਖਾ ਦਿਓ ਕਦੇ ਜਾ ਕੇ, ਕੈਨੇਡਾ ਕੈਨੇਡਾ ਨੇ ਬਲੈਕ ਲਿਸਟ ਕੀਤੀ ਔਰ ਤੁਹਾਨੂੰ ਕੈਨੇਡਾ ਭੇਜ ਰਹੇ, ਆਹ ਦੇਣਗੇ ਸਪੋਰਟ ਤੁਹਾਨੂੰ। ਸੋ ਕੁਛ ਅੱਜ ਇੱਕ ਉਪਰਾਲਾ ਕੀਤਾ, ਇੱਕ ਬਹੁਤ ਸੋਹਣੀ ਡਾਕੂਮੈਂਟਰੀ ਬਣਾਈ ਹੈ ਰੈਫਲਸ ਬਾਰੇ ਕਿਸੇ ਨੇ, ਉਹ ਡਾਕੂਮੈਂਟਰੀ ਤੁਹਾਡੇ ਅੱਗੇ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ ਉਹਦੇ 'ਚ ਸਟੂਡੈਂਟਸ ਪੇਰੈਂਟਸ ਉਹਨਾਂ ਦੇ ਕੀ ਵਿਚਾਰ ਹੁੰਦੇ ਨੇ ਜਿਹੜੇ ਰੈਫਲਸ ਦੀ ਸਰਵਿਸਿਜ਼ ਲੈ ਕੇ, ਰੈਫਲਸ ਬਾਰੇ ਕਿਉਂ ਰੈਫਲ ਨੂੰ ਚੂਜ਼ ਕਰਦੇ ਨੇ, ਕਾਰਨ ਕੀ ਆ ਉਹਦਾ, ਅਲੱਗ ਕੀ ਆ ਬਾਕੀਆਂ ਨਾਲੋਂ, ਉਹ ਦਿਖਾਉਣਾ ਚਾਹੁੰਦੇ ਆ, ਆਓ ਦੇਖਦੇ ਹਾਂ ਡਾਕੂਮੈਂਟਰੀ। I'm Shruti. My name is Parul. Hi, I'm Gurpreet. Gaurav. I'm Jessica. I was always excited about studying in Canada. I was looking to pursue my higher education in United States.
It had to be Australia for me. Studying at the United Kingdom was always a dream. A fantastic international exposure and new experiences is what I was looking for. So I thought of applying for student visa for New Zealand. I felt worried with the thought that I would have to figure out everything on my own. So I started visiting several consultancies. They all answered my questions, but I was never that satisfied. They gave me some long list of colleges they were associated with some innumerable programs, and many of them just tried to drift me away from my field of choice just for the sake of getting permanent residency. I was confused, so I spoke to a friend of mine who is studying abroad. She suggested me Raffles NCT. Finally, I visited Raffles. They took all my academic records, shortlisted 5 programs to ensure that I select the right country and right program. But at Raffles, their knowledge of education system proved invaluable. They skillfully guided me with the college selection and program. They suggested websites and gave me literature where I could find more about the program. My application process was very smooth and successful. I was accepted to 5 colleges and I was like, wow. You know, my counselor put in extra effort to make sure that my correspondence was as easy as possible. They answered my questions very promptly and they also ensured that whenever I needed files, they were given to me on time. Was I nervous? Well, yes and no. Yes, because, you know, the embarkment of going on a new journey, it makes you feel very nervous and excited. And no, because we are given the proper counseling. And Raffles tells us about the policies and the culture of the country we are planning to go. Oh yes, their office at Canada is taking full care of my post-landing needs and is in constant touch with me. Raffles ensures that going overseas for education is really easy. Don't let your dreams be dreams. Take the next step. Raffles EduCity is a complete overseas study solution provider. We value the trust of our students and provide them with the latest information on education programs abroad. It's my aim to make sure that the students going abroad through Raffles EduCity live an honorable life, the life that they deserve. Raffles also educates its students on immigration laws, procedures and practices, which helps them to stay informed and make sound decisions. Raffles EduCity has been providing the intensive support to the students to acquire their academic and professional degrees in abroad. This success is truly based upon the strong collaboration of our team and various other agencies. At Raffles EduCity, we recommend our students the most appropriate course as per their academic qualification, their financial background and their potential. As a result, we enjoy high credibility within our industry. Hi, my name is Gareth Jones and I work for Douglas College in Vancouver, Canada. We have been working with Raffles for over 5 years. We are so pleased with the service they have provided
In fact, Raffles has sent us more students in this past intake than any other agency in India. Another service that I'm very happy with from Raffles is the fact that when students arrive in Canada, not only are they offering service before the students leave India, but Raffles provides service in Canada as well. The thousands of success stories at Raffles EduCity begins with IELTS coaching. The experts impart rigorous training to our students and share tips and techniques to help them ace the test. The structure of our IELTS program and regular assignments have helped our students achieve really high IELTS scores. We are very proud to have been able to help so many students, and their feedback has been absolutely overwhelming. ਜਦੋਂ ਸਾਡੇ ਮੁੰਡੇ ਨੇ ਸੋਚਿਆ ਬਾਹਰ ਜਾਣਾ, ਸਾਡੀ ਤਾਂ ਸਭ ਤੋਂ ਵੱਡੀ ਸਮੱਸਿਆ ਇਹੀ ਹੋ ਗਈ ਕਿ ਬਾਹਰ ਰਹੇਗਾ ਕਿਵੇਂ। ਫਿਰ ਜਦੋਂ ਇਹਨੇ ਰੈਫਰਲ ਦੇ ਵਿੱਚ ਆਇਲਸ ਜੁਆਇਨ ਕੀਤੀ, ਇਹਦਾ ਤਾਂ ਕੰਫੀਡੈਂਸ ਲੈਵਲ ਬਹੁਤ ਵੱਧ ਗਿਆ, ਇੰਗਲਿਸ਼ ਵੀ ਬਹੁਤ ਅੱਛੀ ਹੋ ਗਈ। ਇਸਨੇ ਤਾਂ ਮੇਰੇ ਬੱਚੇ ਦੀ ਸੋਚ ਅਤੇ ਸਮਝ ਦੋਨੋਂ ਹੀ ਬਦਲ ਦਿੱਤੇ। ਹੁਣ ਮੇਰਾ ਬੇਟਾ ਕਿਤੇ ਵੀ ਜਾਏ, ਮੈਨੂੰ ਕੋਈ ਚਿੰਤਾ ਨਹੀਂ। Raffles, with its offices in Canada, New Zealand and Australia, extends our students the best of free departure and post-landing services in the most practical ways. After visa approval, Raffles EduCity students ki help karta hai airport pickup plus accommodation li. Jab students study complete ho jandi hai, students nu agge further more steadily guide kita janda hai. Agar utthe kade kisi student nu koi problem hundi hai, bachcha sade Canada ya fir India office de vich contact karta hai te bachcha di sari problem sort out kitiyan jandi hai. Jis din Raffles ne mereko inform kiya ki meri beti ka visa lag gaya hai, I was extremely happy. But at the same time, वो कैनेडा जा रही थी, नए लोग, नई जगह, वो तो कभी एयरपोर्ट तक नहीं गई। बाप का दिल है ना, उस रात में सो नहीं सका। लेकिन रेफरल्स ने ना केवल उसे एयरपोर्ट से पिकअप दी, बल्कि दो दिन का स्टे भी दिया और कॉलेज में सेटल होने तक उसका साथ दिया। इट वॉज बियॉन्ड माई एक्सपेक्टेशन, थैंक्स टू रेफरल्स। Raffles EduCity is committed to your success and to ensure that we leave no stone unturned. Explore a world. Explore a world of opportunities. ਇਹ ਸੀ ਜੀ ਕੁਛ ਉਹ ਡਾਕੂਮੈਂਟਰੀ ਦੀ ਝਲਕ ਜਿਹਦੇ ਵਿੱਚ ਸਾਰਾ ਰੈਫਰਲ ਐਜੂਸਿਟੀ ਦੀ ਪੋਲਿਸੀਜ਼, ਇਹਨਾਂ ਦੀ ਸਰਵਿਸਿਜ਼, ਇਹਨਾਂ ਦੇ ਬਾਰੇ ਦੱਸਿਆ ਗਿਆ, ਤਾਂ ਕਿ ਜਿਹੜੇ ਹੁਣ ਸਟੂਡੈਂਟਸ ਨੇ ਇਹ ਦੇਖੀ ਹੈ ਉਹਨਾਂ ਨੂੰ ਐਕਚੁਅਲ ਦੇ ਵਿੱਚ ਡਿਫਰੈਂਟ ਪਤਾ ਲੱਗ ਸਕੇ ਵੀ ਜਿਹੜੇ ਮੇਲੇ ਜਾਂ ਸੈਮੀਨਾਰ ਲਾਉਣ ਦਾ ਫਰਕ ਕੀ ਰਹਿੰਦਾ। ਕੈਨੇਡਾ ਗਏ ਹੋਏ ਬੰਦੇ ਵੱਲੋਂ ਗਾਈਡ ਕੀਤਾ ਇੱਕ ਜਿਹੜਾ ਤਰੀਕਾ ਹੈ, ਅਤੇ ਇੱਕ ਜਿਹੜਾ ਇੱਥੇ ਬੈਠ ਕੇ ਕਦੀ ਕੈਨੇਡਾ ਗਿਆ ਨਹੀਂ ਉਹਦੇ ਵਿੱਚ ਕੀ ਫਰਕ ਰਹਿੰਦਾ। ਸੋ ਹਰ ਚੀਜ਼ ਦਿਖਾਉਣ ਦੀ ਕੋਸ਼ਿਸ਼ ਰਹੀ ਹੈ। ਕੈਨੇਡਾ ਨੂੰ ਲੈ ਕੇ ਹਰ ਵੀ ਕੋਈ ਕਨਫਿਊਜ਼ਨ ਰਹਿ ਗਈ ਹੈ ਤਾਂ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਮੇਰੇ ਕੋਲ ਸਮਾਂ ਨਹੀਂ ਅਲਾਓ ਕਰ ਰਿਹਾ, ਬਟ ਸੰਧੂ ਸਾਹਿਬ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ, ਆਉਣ ਸਾਰੇ ਸਰੋਤਿਆਂ ਦਾ। ਧੰਨਵਾਦ ਸਾਰੀ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।